बंधन अनेक बार सर्व कला समरथ डोलन तेरा कौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास याही कुल ते प्रगट होए ताही कुल को नाम पुन द्वादस गुरिंद कौ मेरी है प्रणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनियां मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु अंगद देव सच्चे पातशाह जी दा पावन पवित्र इतिहास साहब जी लड़ीबद्ध श्रवण कर रहे सी। ग्रंथाकार भाई संतोख सिंह जी उन्हां सिखां दा जिक्र कर रहे ने जिहड़े कि सतगुरु अंगद देव सच्चे पातशाह जी दे चरण सरण दे विच पहुंचे और उन्हां ने उच्ची पदवी नूं हासिल कीता। कल कवि जी ने भाई जीवा दे बारे दस्या सी और अज एक नवी साखी दे प्रारंभ दे नाल एक होर सिख दा जिक्र करदे ने। मैं अज दी कथा नूं इत्थों शुरू करदा। गुजर नाम सो जात लोहार चल आयो गुर के दरबार। गुजर नां दा एक आदमी जिहदी जात लोहार सी ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਪਹੁੰਚੇ। ਬੰਧਨ ਕਰ ਬੈਠਿਓ ਗੁਰ ਪਾਸ ਦਰਸ਼ਨ ਦੇਖ ਕਰੀ ਅਰਦਾਸ। ਨਮਸਕਾਰ ਕਰਕੇ ਉਹ ਗੁੱਜਰ ਸਤਿਗੁਰਾਂ ਦੇ ਲਾਗੇ ਬਹਿ ਗਿਆ ਹੈ, ਸਤਿਗੁਰਾਂ ਦਾ ਦਰਸ਼ਨ ਕੀਤਾ ਹੈ ਔਰ ਇਸ ਤੋਂ ਬਾਅਦ ਹੱਥ ਜੋੜ ਕੇ ਉਸਨੇ ਬੇਨਤੀ ਕਰਨੀ ਸ਼ੁਰੂ ਕੀਤੀ। ਸੁਣੋ ਗੁਰੂ ਜੀ ਹੇ ਤਿਆਹਾਰ ਦਿਨ ਸਗਰੇ ਹਮ ਠਨ ਕਾਰ। ਕਹਿੰਦਾ ਹੇ ਗੁਰੂ ਜੀ ਆਪਣੇ ਆਹਾਰ ਨੂੰ ਚਲਾਉਣ ਦੇ ਵਾਸਤੇ ਰੋਜ਼ੀ ਰੋਟੀ ਦੇ ਵਾਸਤੇ ਅਸੀਂ ਸਾਰਾ ਹੀ ਦਿਨ ਬਹੁਤ ਜ਼ਿਆਦਾ ਕੰਮ ਕਰਦੇ। ਫਸੇ ਗ੍ਰਸਤ ਮੇ ਪਾਏ ਨਾ ਅਵਿਕਾਸ਼ ਸੇਵਾ ਕਰੇ ਰਹਿ ਤੁਮ ਪਾਸ। ਕਹਿੰਦਾ ਕਿ ਮੈਂ ਗ੍ਰਸਤ ਦੇ ਮਾਰਗ ਦੇ ਵਿੱਚ ਐਸਾ ਫਸਿਆ ਹੋਇਆ ਕਿ ਕੋਈ ਵਿਹਲ ਹੀ ਨਹੀਂ ਮਿਲਦਾ, ਕੋਈ ਸਮਾਂ ਹੀ ਨਹੀਂ ਮਿਲਦਾ ਕਿ ਮੈਂ ਤੁਹਾਡੇ ਲਾਗੇ ਰਹਿ ਸਕਾਂ, ਨਹੀਂ ਤੇ ਮੇਰਾ ਜੀ ਕਰਦਾ ਸੇਵਾ ਕਰੇ ਰਹਿ ਤੁਮ ਪਾਸ ਕਿ ਤੁਹਾਡੇ ਕੋਲ ਰਹਿ ਕੇ ਤੁਹਾਡੀ ਸੇਵਾ ਕੀਤੀ ਜਾਵੇ, ਪਰ ਸਮਾਂ ਨਹੀਂ ਲੱਗਦਾ। ਹਮਰੋ ਪੀ ਕੇ ਮੋਏ ਕਲਿਆਣ ਜਨਮ ਮਰਨ ਦਾ ਬੰਧਨ ਹਾਣ। ਕਹਿੰਦਾ ਸੱਚੇ ਪਾਤਸ਼ਾਹ ਜਿਹੜੇ ਸਾਡੇ ਵਰਗੇ ਹੋਰ ਵੀ ਮੇਰੇ ਨਾਲ ਦੇ ਨੇ ਜਿਨ੍ਹਾਂ ਨੂੰ ਵਿਹਲ ਹੀ ਨਹੀਂ ਮਿਲਦਾ ਕੰਮ ਦੇ ਵਿੱਚੋਂ, ਉਹਨਾਂ ਦਾ ਸੱਚੇ ਪਾਤਸ਼ਾਹ ਕਿਸ ਤਰ੍ਹਾਂ ਕਲਿਆਣ ਹੋਵੇਗਾ, ਕਿਸ ਤਰ੍ਹਾਂ ਜਨਮ ਤੇ ਮਰਨ ਦੇ ਬੰਧਨ ਖਤਮ ਹੋਣਗੇ। ਸੁਣ ਸਤਿਗੁਰ ਕੀ ਨਸ ਉਪਦੇਸ਼ ਇੱਕ ਚਿਤ ਜਪ ਜੀ ਪੜੋ ਹਮੇਸ਼। ਗੁੱਜਰ ਲੁਹਾਰ ਦੀ ਬੇਨਤੀ ਨੂੰ ਸੁਣ ਕੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ। ਕਹਿੰਦੇ ਨੇ ਇੱਕ ਚਿਤ ਜਪ ਜੀ ਪੜੋ ਹਮੇਸ਼, ਕਹਿੰਦੇ ਨੇ ਕਿ ਇੱਕ ਚਿਤ ਲਾ ਕੇ ਤੁਸੀਂ ਜਪ ਜੀ ਸਾਹਿਬ ਨੂੰ ਹਮੇਸ਼ਾ ਪੜੋ। ਜੇਤ ਕਵਾਰ ਪਠਿਓ ਨਿਤ ਜਾਏ ਪਠਤ ਰਹੋ ਦੀਰਗ ਫਲ ਪਾਏ। ਗੁਰੂ ਜੀ ਕਹਿੰਦੇ ਨੇ ਤੂੰ ਕਹਿੰਦਾ ਮੇਰਾ ਸਮਾਂ ਨਹੀਂ ਲੱਗਦਾ, ਪਰ ਕਹਿੰਦੇ ਨੇ ਜਿੰਨਾ ਵੀ ਸਮਾਂ ਲੱਗੇ ਜਿੰਨੀ ਵਾਰ ਹੋ ਸਕੇ ਜਪਜੀ ਸਾਹਿਬ ਦੇ ਪਾਠ ਨੂੰ ਕਰਿਆ ਕਰ, ਜਿੰਨਾ ਪੜੇਗਾ ਓਨਾ ਹੀ ਜ਼ਿਆਦਾ ਫਲ ਮਿਲੇਗਾ। ਪੇਖੋ ਗਰੀਬ ਕਾਜ ਕਰ ਦੀਜੈ
ਨਹੀਂ ਤਿਸ ਨਿਕਟ ਮਜੂਰੀ ਲੀਜੈ। ਇਸ ਤੋਂ ਇਲਾਵਾ ਗੁਰੂ ਜੀ ਨੇ ਬਚਨ ਕੀਤਾ ਕਿ ਜਿਸ ਨੂੰ ਗਰੀਬ ਜਾਣੇ ਉਹਦਾ ਕੰਮ ਤੇ ਕਰ ਦੇਵੇਂ, ਪਰ ਉਹਦੇ ਤੋਂ ਮਜ਼ਦੂਰੀ ਨਹੀਂ ਲੈਣੀ, ਭਾਵ ਕਿ ਉਹਦੇ ਤੋਂ ਪੈਸੇ ਨਹੀਂ ਲੈਣੇ। ਜਪ ਜੀ ਅਰਥ ਵਿਚਾਰਨ ਕਰੋ, ਸਵਾਸ ਸਵਾਸ ਅੰਤਰ ਨਿਤ ਧਰੋ। ਇਸ ਤੋਂ ਇਲਾਵਾ ਜੋ ਜਪਜੀ ਸਾਹਿਬ ਗੁਰੂ ਸਾਹਿਬਾਨ ਦੀ ਬਾਣੀ ਹੈ ਉਹਨੂੰ ਪੜ੍ਹ ਕੇ ਉਹਦੇ ਅਰਥਾਂ ਦੀ ਵਿਚਾਰ ਕਰੋ ਔਰ ਸਵਾਸ ਸਵਾਸ ਦੇ ਨਾਲ ਉਸ ਨੂੰ ਅੰਤਰ ਧਾਰਨ ਕਰੋ। ਗੁਰੂ ਨਮਿਤ ਕਰੋ ਜੁਤ ਪ੍ਰੀਤ, ਦਇਆ ਕਰੋ ਦੀਨਣ ਪਰ ਨੀਤ। ਕਹਿੰਦੇ ਨੇ ਜਿਹੜਾ ਵੀ ਚੰਗਾ ਕਰਮ ਕਰਨਾ ਹੋਵੇ ਉਹ ਮੰਨੋ ਕਿ ਗੁਰੂ ਦੇ ਨਿਮਿਤ ਕਰਨਾ ਚਾਹੀਦਾ। ਇਸੇ ਵਾਸਤੇ ਸਾਨੂੰ ਹੁਕਮ ਹੈ ਕਿ ਅਸੀਂ ਜਿੰਨਾ ਵੀ ਜਪ ਕਰਦੇ ਹਾਂ, ਜਿੰਨਾ ਵੀ ਤਪ ਕਰਦੇ ਹਾਂ, ਜਿੰਨਾ ਵੀ ਦਾਨ ਕਰਦੇ ਹਾਂ, ਪੁੰਨ ਕਰਦੇ ਹਾਂ, ਅਰਦਾਸੇ ਦੇ ਵਿੱਚ ਇਹੀ ਗੱਲ ਆਖੀ ਜਾਂਦੀ ਹੈ ਕਿ ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਇਹ ਤੁਹਾਡੇ ਦਰਸ਼ਨਾਂ ਦੇ ਨਿਮਿਤ ਹੈ। ਨਾਮਧਾਰੀ ਜ਼ਿਆਦਾ ਤੋਂ ਜ਼ਿਆਦਾ ਇਸੇ ਗੱਲ ਦੀ ਮੰਗ ਕਰਦੇ ਨੇ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਛੇਤੀ ਦਰਸ਼ਨ ਦੇਣ। ਇਸ ਕਰਕੇ ਬਹੁਤੇ ਜਿਹੜੇ ਪੁੰਨ ਕਰਮ ਹੁੰਦੇ ਨੇ ਉਹ ਸਤਿਗੁਰਾਂ ਦੇ ਦਰਸ਼ਨਾਂ ਦੇ ਨਿਮਿਤ ਕੀਤੇ ਜਾਂਦੇ ਨੇ। ਹੁਣ ਇਸ ਵੇਲੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰੂ ਦੇ ਨਿਮਿਤ ਜਿਹੜੇ ਸ੍ਰੇਸ਼ਟ ਕਰਮ ਨੇ ਨਾ ਉਹ ਕਰਨੇ ਚਾਹੀਦੇ ਨੇ। ਹੁਣ ਦੱਸਿਆ ਇਹ ਗਿਆ ਹੈ ਕਿ ਸੇਵਾ ਉਪਕਾਰ ਜੋ ਭਲੇ ਕੰਮ ਕਰੋ ਉਹ ਗੁਰੂ ਜੀ ਦੇ ਵਿੱਚ ਪ੍ਰੀਤ ਰੱਖ ਕੇ ਗੁਰੂ ਦੇ ਨਿਮਿਤ ਕਰੋ। ਇਸ ਤਰ੍ਹਾਂ ਕਰਨ ਦੇ ਨਾਲ ਆਪਣੇ ਮਨ ਦੇ ਵਿੱਚ ਹੰਕਾਰ ਨਹੀਂ ਆਵੇਗਾ, ਨਾ ਜਿਨ੍ਹਾਂ ਤੇ ਉਪਕਾਰ ਕੀਤਾ ਹੈ ਉਹਨਾਂ ਦੀ ਮੈਲ ਦਾ ਬੋਝ ਪਵੇਗਾ। ਜੋ ਸ਼ੁਭ ਕਰਮ ਸਿੱਖ ਕਰੇ ਗੁਰੂ ਨੂੰ ਅਰਪਣ ਕਰਕੇ ਕਰੇ, ਇਹ ਸਿਧਾਂਤ ਦੱਸਿਆ ਗਿਆ। ਦਇਆ ਕਰੋ ਦੀਨਣ ਪਰ ਨੀਤ। ਇਸ ਤੋਂ ਇਲਾਵਾ ਆਖਿਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿ ਇਹ ਗੁਜਰ ਦੀਨਾਂ ਦੇ ਉੱਤੇ, ਗਰੀਬਾਂ ਦੇ ਉੱਤੇ ਹਮੇਸ਼ਾ ਦਇਆ ਕਰੋ। ਜੋ ਆਪਣੀ ਕੁਛ ਕਰੋ ਕਮਾਈ, ਗੋਰੇ ਹਿਤ ਦਿਓ ਦਸਵੰਦ ਬਣਾਈ। ਇਸ ਤੋਂ ਇਲਾਵਾ ਜਿਹੜੀ ਤੂੰ ਕਮਾਈ ਕਰਦਾ ਹੈ ਦਸਾਂ ਨਵਾਂ ਦੀ, ਉਹਦੇ ਵਿੱਚੋਂ ਕਹਿੰਦੇ ਨੇ ਕਿ ਗੁਰੂ ਦੇ ਵਾਸਤੇ ਦਸਵੰਦ ਵੀ ਕੱਢਣਾ ਬਣਦਾ। ਸਾਧਕ ਸਿੱਖ ਆਏ ਜੋ ਡੇਰੇ, ਕਰੋ ਸੇਵ ਤਰ ਪ੍ਰੇਮ ਕਨੇਰੇ। ਇਸ ਤੋਂ ਇਲਾਵਾ ਜਿਹੜਾ ਵੀ ਕੋਈ ਸਾਧੂ ਸਿੱਖ ਤੇਰੇ ਡੇਰੇ ਦੇ ਵਿੱਚ ਆ ਜਾਂਦਾ ਹੈ, ਭਾਵ ਕੇ ਤੇਰੇ ਘਰ ਆ ਜਾਂਦਾ ਹੈ, ਉਸ ਦੀ ਤੁਸੀਂ ਬਹੁਤਾ ਜ਼ਿਆਦਾ ਪ੍ਰੇਮ ਦੇ ਨਾਲ ਸੇਵਾ ਕਰੋ। ਸੋਹਣੀ ਉਪਦੇਸ਼ ਹਿਰਦੈ ਤਿੰਨ ਤਾਰਾ, ਜਿਮ ਗੁਰ ਕਹਿਓ ਕਰੇ ਤਿਮ ਕਾਰਾ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਉਪਦੇਸ਼ ਦਿੱਤਾ, ਉਹਨੇ ਉਸੇ ਉਪਦੇਸ਼ ਨੂੰ ਉਸੇ ਤਰੀਕੇ ਦੇ ਨਾਲ ਧਾਰਨ ਕੀਤਾ। ਗ੍ਰਿਸਤੀ ਭਗਤ ਹੋਤੇ ਤਿਸ ਗਾਮ, ਤੁਹਮਤ ਦੇ ਕਰ ਤਿਨਕੇ ਨਾਮ। ਕਹਿੰਦੇ ਨੇ ਕਿ ਘਟਨਾ ਇਸ ਤਰ੍ਹਾਂ ਵਾਪਰੀ ਕਿ ਉਸ ਗੁੱਜਰ ਦੇ ਪਿੰਡ ਦੇ ਵਿੱਚ ਕੁਝ ਭਗਤ ਰਹਿੰਦੇ ਸਨ, ਗ੍ਰਿਸਤੀ ਸਨ, ਪਰ ਕਹਿੰਦੇ ਨੇ ਝੂਠੀ ਕੋਈ ਉਹਨਾਂ ਤੇ ਤੁਹਮਤ ਲੱਗ ਗਈ, ਊਜ ਲੱਗ ਗਈ। ਗਹਿ ਕਰ ਪਾਇਨ ਪਾਏ ਸੋ ਬੇਰੀ, ਕਾਰਾ ਗ੍ਰਹਿ ਮੈਂ ਦੀਨਸ ਗੇਰੀ। ਕਹਿੰਦੇ ਨੇ ਕਿਸੇ ਨੇ ਝੂਠੀ ਊਜ ਲਾ ਦਿੱਤੀ, ਤੁਹਮਤ ਲਾ ਦਿੱਤੀ, ਤੇ ਰਾਜੇ ਨੇ ਫਿਰ ਕੀ ਕੀਤਾ ਕਿ ਉਹਨਾਂ ਦੇ ਪੈਰਾਂ ਦੇ ਵਿੱਚ ਬੇੜੀਆਂ ਪਾ ਕੇ ਉਹਨਾਂ ਨੂੰ ਕੈਦ ਖਾਨੇ ਦੇ ਵਿੱਚ ਸੁੱਟ ਦਿੱਤਾ। ਕਿਤਕ ਦਿਵਸ ਹੋਏ ਪ੍ਰਭੂ ਸਹਾਏ, ਕਿਸ ਬਿਦ ਤੇ ਦੀਨੇ ਨਿਕਸਾਏ। ਕਿਉਂਕਿ ਉਹ ਭਗਤ ਨਿਰਦੋਸ਼ ਸਨ, ਉਹਨਾਂ ਦਾ ਕੋਈ ਦੋਸ਼ ਨਹੀਂ ਸੀ। ਕਹਿੰਦੇ ਨੇ ਕਿ ਥੋੜੇ ਦਿਨਾਂ ਦੇ ਵਿੱਚ ਪ੍ਰਭੂ ਪ੍ਰਮਾਤਮਾ ਨੇ ਉਹਨਾਂ ਦੀ ਸਹਾਇਤਾ ਕੀਤੀ ਤੇ ਕਿਸੇ ਐਸੇ ਕਾਰਨ ਦੇ ਨਾਲ ਉਹਨਾਂ ਨੂੰ ਬਾਹਰ ਕੱਢ ਦਿੱਤਾ। ਕਹਿਣ ਤੋਂ ਭਾਵ ਹੈ ਕਿ ਰਾਜੇ ਨੇ ਰਿਹਾ ਨਹੀਂ ਕੀਤੇ, ਕੋਈ ਐਸਾ ਬਹਾਨਾ ਬਣਾ ਕੇ ਗੁਪਤ ਤਰੀਕੇ ਦੇ ਨਾਲ ਹੀ ਉਹ ਕੈਦਖਾਨੇ ਦੇ ਵਿੱਚੋਂ ਬਾਹਰ ਨਿਕਲ ਗਏ। ਅਰਧ ਰਾਤ ਮੈਂ ਸੋ ਚੱਲ ਆਏ, ਸ਼੍ਰਿੰਖਲ ਤਿਨਕੇ ਪਾਇਨ ਪਾਏ। ਹੁਣ ਉਹ ਤੇ ਅਜਮਤ ਦੇ ਨਾਲ ਬਾਹਰ ਕੱਢ ਦਿੱਤੇ ਨੇ ਪ੍ਰਭੂ ਨੇ, ਪਰ ਉਹਨਾਂ ਦੇ ਪੈਰਾਂ ਦੇ ਵਿੱਚ ਜਿਹੜੇ ਸੰਗਲ ਨੇ ਉਹ ਉਸੇ ਤਰ੍ਹਾਂ ਲੱਗੇ ਹੋਏ ਨੇ। ਕਰੀਬ ਅੱਧੀ ਕੁ ਰਾਤ ਦਾ ਸਮਾਂ ਹੋਏਗਾ ਤੇ ਉਹ ਆਪਣੇ ਸੰਗਲਾਂ ਨੂੰ ਕਟਾਉਣ ਦੇ ਵਾਸਤੇ ਇਸ ਗੁੱਜਰ ਦੇ ਘਰ ਚਲੇਗਾ। ਗੁੱਜਰ ਨਾਮ ਲੁਹਾਰ ਆਵਾਸ, ਆਏ ਕਹਿਓ
तिन इसके पास। वो सारे जिहड़े भगत ने जिन्हां दे पैरां दे विच संगल लगे होए ने वो गुजर दे घर दे विच पहुंच गए ने और उन्होंने आण के गुजर लहार नूं इस तरह आख्या, कहिंदे ने प्रभु नमित देहो बंधन काट तुझको होए ना जम की वाट। कहिंदे ने तू जानदा है कि असीं निर्दोष हाँ, इस करके प्रभु दे नमित ये साडे जिहड़े बंधन ने ना ये तू कट दे, तेनू कदे भी जमा दी वाट नहीं होवेगी। सुन कर सुख चो हृदय बेसाला जे मुझ जान ले मही पाला। पहला ते गुजर बहुत ज्यादा सुखचिया पाव के बहुत ज्यादा डरिया के जे राजे नू इस गल दा पता लग गया के मैं इन्हां दे संगल कटे ने ते फिर मेरा की हाल होवे। गहलै सगरो परवारा जालम बड़ो करावे मारा। सोचन लगा गुजर के मेरे सारे परिवार नू राजा फड़वा लेगा और वो बहुत वड्डा जालम है, सारे परिवार नू मरवा देगा जे उसनू पता लग गया कि इन्हां कैदियां दे संगल मैं कटे। त्रास पाए कर बहुर बेचारा गुर मुझ प्रति उपदेश उचारा। पहला ते बहुत ज्यादा डरिया पर फिर मन दे नाल विचार कीती गुरु मुझ प्रति उपदेश उचारा। सोचन लगा कि सतगुरु अंगद देव सच्चे पातशाह जी ने मैनू इस तरह का उपदेश दिता सी। प्रभु नमित कार्य कर दीजै नहीं बिलंब किसी बिद कीजै। कहिंदा कि गुरु ने ते हुक्म कीता सी कि प्रभु दे नमित जिहड़ा कार्य होवे उहनू झट ही कर देना, उहदे विच देरी नहीं लाउणी। और दूसरी तरफ यह भी गल है कि निर्दोष ने सारा पिंड जानता है कि ते भगत आदमी ने इन्हां ते झूठी तोहमत लगी सी, इस करके कैद खाने दे विच सुट्टे गए सन, इस करके ये कोई गुनाही भी ते नहीं है। सो नहीं छोड़ो होए सो होए संत कहे लोकन सुख दोए। सोचदा है कि मैं सतगुरु सच्चे पातशाह जी दे हुक्म नू नहीं छड़ सकदा, होए सो होए जो होना होवेगा आपे हो जावेगा। संत कहे लोकन सुख दोए, कहिंदा है कि संतां दे कहे नू कमाउण दे नाल दोहां लोकां दे विच सुख मिलदा है और ये सारे संत लोक ने। इम बेचार कर बिल मन कीन उठ तत्काल काट कर दीन। इस तरह दी विचार करके उन्हें रता भी देरी नहीं लाई और छेती दे नाल उन्हां सारियां दियां बेड़ियां नू उसने कट दिता। आशक देत गए निज देश उपजियो इसके ज्ञान विशेष। कहिंदे ने एक पासे उन्हां ने सारियां ने असीस दिती है और उस नगर नू छड़ के किसी होर देश दे विच चले गए ने, क्योंकि सवेरे इस गल दा पता लग जाना सी कि कैदी निकल गए ने, उन्हां ने फिर फड़ लेना सी, इस करके उस देश नू छड़ के असीसां देंदे होए ਉਹ ਕਿਸੇ ਹੋਰ ਦੇਸ਼ ਦੇ ਵਿੱਚ ਚਲੇ ਗਏ ਨੇ। ਪਰ ਦੂਸਰੇ ਪਾਸੇ ਉਪਜਿਓ ਇਸਕੇ ਗਿਆਨ ਵਿਸ਼ੇਸ਼, ਇਹਨਾਂ ਕੰਮ ਕਰਨ ਦੇ ਨਾਲ ਹੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਗੁੱਜਰ ਲੋਹਾਰ ਦੇ ਮਨ ਦੇ ਵਿੱਚ ਗਿਆਨ ਪੈਦਾ ਹੋ ਗਿਆ, ਗਿਆਨੀ ਬਣ ਗਏ। ਇੱਕ ਨਾਈ ਤਿੰਗਾਂ ਚੱਲ ਆਇਓ ਸ੍ਰੀ ਅੰਗਦ ਪਗ ਸੀਸ ਨਿਵਾਇਓ। ਹੁਣ ਇਹ ਛੋਟੀਆਂ ਛੋਟੀਆਂ ਸਾਖੀਆਂ ਕਵੀ ਜੀ ਬਿਆਨ ਕਰਦੇ ਨੇ। ਕਹਿੰਦੇ ਨੇ ਕਿ ਇੱਕ ਨਾਈ ਤਿੰਗਾ ਜਿਸਦਾ ਨਾਂ ਸੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚਿਆ ਔਰ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਸਿਰ ਨਿਵਾਇਆ। ਬੈਠ ਗਇਓ ਟਿਗ ਸਿੱਖ ਗਣ ਹੇਰੇ ਕਰੇ ਪਰਸ ਪਰ ਸੇਵ ਕਨੇਰੇ। ਨਾਈ ਤਿੰਗਾ ਸਤਿਗੁਰਾਂ ਦੇ ਕੋਲ ਬਹਿ ਗਿਆ ਹੈ ਔਰ ਉਸਨੇ ਕੀ ਦੇਖਿਆ ਕਿ ਬਹੁਤ ਸਾਰੇ ਜਿਹੜੇ ਸਿੱਖ ਨੇ ਨਾ ਉਹ ਪਰਸ ਪਰ ਸੇਵਾ ਦੇ ਵਿੱਚ ਰੁੱਝੇ ਹੋਏ ਨੇ। ਤਿੰਨ ਮੈਂ ਮਿਲ ਸੇਵਾ ਕਉ ਲਾਗਿਓ ਭਲੀ ਜਾਣ ਕਰ ਔਰ ਅਨੁਰਾਗਿਓ। ਦੇਖਿਆ ਕਿ ਸਾਰੇ ਸਿੱਖ ਸੇਵਾ ਕਰਦੇ ਨੇ, ਇਹ ਸੋਚ ਕੇ ਉਹ ਵੀ ਸੇਵਕਾਂ ਦੇ ਨਾਲ ਮਿਲ ਕੇ ਸੇਵਾ ਕਰਨ ਲੱਗਾ ਹੈ, ਇਸ ਗੱਲ ਨੂੰ ਭਲਾ ਜਾਣਿਆ ਔਰ ਮਨ ਦੇ ਵਿੱਚ ਉਸਨੇ ਪ੍ਰੇਮ ਵਧਾਇਆ। ਤਪਤ ਨੀਰ ਕਰਵਾਏ ਇਸ਼ਨਾਨ ਵਸਤਰ ਪਖਾਰ ਮਲ ਕਰ ਹਾਨ। ਕਹਿੰਦੇ ਨੇ ਕਿ ਗਰਮ ਜਲ ਕਰਕੇ ਕਦੇ ਸਤਿਗੁਰਾਂ ਦਾ ਇਸ਼ਨਾਨ ਕਰਾਉਂਦਾ ਹੈ, ਕਦੇ ਕਹਿੰਦੇ ਨੇ ਕਿ ਉਹਨਾਂ ਦੇ ਵਸਤਰਾਂ ਨੂੰ ਧੋਂਦਾ ਹੈ।
चरण चाप हांकत है बायु, बासन धोवै मांज बनायु। कदे सतगुरां दे चरणां नूं घुटदा है ते कदे कहिंदे ने कि पखा लै के उन्हां नूं चलदा है। कदे कदे साध संगत दे जिहड़े झूठे भांडे ने उन्हां नूं मांज के सवार के रखदा है। कब कब गुर की सेवा पाए, महा प्रेम ते करे बनाए। कहिंदे ने कि हर एक दिन उस नूं सतगुरां दी सेवा करन दा मौका नहीं बनदा, कदे कदे सतगुरां दी सेवा दा मौका बनदा है ते बड़े प्रेम नूं धारण करके उह सतगुरां दी इस तरह दी सेवा करदा है। एक दिन श्री अंगद के पास हाथ जोर कीनी अरदास। एक दिन मौके नूं पा के सतगुरु अंगद देव सच्चे पातशाह जी दे कोल उस नाई तिंगा ने हाथ जोड़ के बेनती की। कहिंदा श्री सतगुर मुझ दियो उपदेश, जिस ते मिटै कलेश अशेष। अर्ज कीती है, हे सतगुरु सच्चे पातशाह जी, कृपा करके मैनू अपना ऐसा शुभ उपदेश दियो जिस नूं कमाउण दे नाल सच्चे पातशाह मेरे सारे जिहड़े कलेश ने ना उह मुक जाण, उह खत्म हो जाण। सुन श्री मुख ते तब फुरमायो, गुरु गोर में सो चल आयो। उस दी बेनती नूं सुन के सतगुरु सच्चे पातशाह जी ने फरमाया, कहिंदे ने कि गुरु दी गोर दे विच ओ चल के आया है। होए मुरीद मुरदे मानिंद, अंग न को हालत बिन जिंद। कहिंदे ने कि मुरीद बने चेला ऐसा होना चाहिदा है जिहड़ा कि मुरदे दे वर्गा होवे। अंग न को हालत बिन जिंद, जिवें जिंद तो बिना कोई अंग नहीं हिलदा, इस तरह दा मुर्दा हो के गुरु दी गोर दे विच आया जांदा है। तिम मोरी दया दग हंकारा, त्याग देते सकल बिकारा। कहिंदे ने कि गुरु दे कोल इस तरह दा मुरीद बन के आउणा चाहीदा है कि हंकार आदिक सारे विकारां नूं दूर रखना चाहीदा है। त्याग देते सकल विकारा, इन्हां विकारां नूं त्याग देना चाहीदा। गुरु गोर में जाए समाए, होए मुरीद मुर्दा जिस पाए। कहिंदे ने कि इस तरह करन दे नाल फिर गुरु दी कबर दे विच गोर दे विच उह सिख समा जांदा है, इस तरीके दा होवे जिवें कोई मुर्दा हुंदा है। हुण मुराद मुर्दा होण तों नहीं है, ना निकारा होण दी है, परंतु पूर्ण सत नूं समझण दे दसे मार्ग दे तुरन विच अपने अड़ब पुणे हैंकड़, अपनी राय ते अभिमान नूं छड्डण तों मुराद लई गई। देख जात अपनी पासैन, करी सेव संतन की रैन। सतगुरु सच्चे पातशाह जी उस तिंगे नां दे नाई नूं कहिंदे ने कि देख, तेरी ही जात दे विच अगे पहला एक सैन नामे भगत पैदा होया है जिन्ने सारी रात संतां दी सेवा कीती। प्रेम परख कर श्री भगवान, बने सैन के रूप सुजान। ते कहिंदे ने तू जानदा है कि उस सैन नाई दे प्रेम नूं परखिया श्री भगवान ने, ते कहिंदे ने कि सैन दा रूप बन के उह सुजान उह राजे नूं जाके रिजा आए, खुश कर आए। राणे को इस रीत रिझायो, बख्शी तब कवाए हुलसायो। कहिंदे ने कि सैन दा रूप धारण करके भगवान ने उस राजे दी जाके सेवा कीती, उस नूं रिझाया, उस नूं मोहित कीता, खुश कीता, ते उसने फिर कहिंदे ने खुश हो के इस सैन नाई नूं अपने कुवाए पवा दित्ती सी। कुवाए कहिंदे ने पोशाक नूं। इस तरीके दे नाल कहिंदे ने कि तूं वी उहदे वर्गा हो सकदा, क्योंकि सैन नाई जी भगत होए ने, तुसीं उहनां दी कथा नूं बड़ा चंगी तरह जाणदे हो। पर जो भाई गुरदास जी ने उन्होंने अपनी बाणी दे विच इस तरह दीआं साखियां लिखियां ने कि मानो एक एक शब्द दे विच एक एक पौड़ी दे विच उन्हां नूं पूरा कर दित्ता है, और मानो कि जिवें कुजे दे विच समुंदर बंद कर देईदा है, इस तरह दी सरल ते जिहड़ी औखी है ना साखी उहनूं वी बयान कर दिंदे ने। भाई गुरदास जी सैन भगत दी साखी नूं अपनी इस तरह बाणी दे विच बयान करदे ने। भाई गुरदास जी लिखदे ने, सुन प्रताप कबीर दा, दूजा सिख हुआ सैन नाई।
ਕਹਿੰਦੇ ਨੇ ਕਿ ਭਗਤ ਕਬੀਰ ਦੇ ਪ੍ਰਤਾਪ ਨੂੰ ਸੁਣ ਕੇ ਫਿਰ ਕਹਿੰਦੇ ਨੇ ਸੈਣ ਜਿਹੜਾ ਭਗਤ ਹੈ ਨਾ ਨਾਈ, ਉਹ ਵੀ ਉਸੇ ਤਰ੍ਹਾਂ ਦਾ ਭਗਤ ਪ੍ਰਵਾਨ ਹੋਇਆ। ਪ੍ਰੇਮ ਭਗਤ ਰਾਤੀ ਕਰੈ ਭਲਕੇ ਰਾਜ ਦੁਆਰੇ ਜਾਈ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਪ੍ਰੇਮਾ ਭਗਤੀ ਰਾਤ ਦੇ ਵੇਲੇ ਕਰਦਾ ਸੀ ਤੇ ਦਿਨੇ ਆਪਣਾ ਕਾਰ ਵਿਹਾਰ ਕਰਦਾ ਸੀ, ਸਵੇਰੇ ਉੱਠ ਕੇ ਰਾਜੇ ਦੇ ਦਰਬਾਰ ਦੇ ਵਿੱਚ ਉਹਦੀ ਸੇਵਾ ਦੇ ਵਾਸਤੇ ਪਹੁੰਚਦਾ ਸੀ। ਆਏ ਸੰਤ ਪਰਹੁਣੇ ਕੀਰਤਨ ਹੋਆ ਰਹਿਣ ਸਬਾਈ। ਪਰ ਸਬੱਬ ਦੇ ਨਾਲ ਇੱਕ ਦਿਨ ਕੀ ਹੋਇਆ ਕਿ ਉਸ ਸੈਣ ਨਾਈ ਦੇ ਘਰ ਦੇ ਵਿੱਚ ਪ੍ਰਾਹੁਣੇ ਆ ਗਏ ਤੇ ਪ੍ਰਾਹੁਣੇ ਕੋਈ ਆਮ ਰਿਸ਼ਤੇਦਾਰ ਨਹੀਂ ਆਏ, ਆਏ ਸੰਤ ਪ੍ਰਾਹੁਣੇ। ਸੰਤ ਲੋਕ ਜਿਹੜੇ ਸੀ ਨਾ ਉਹ ਪ੍ਰਾਹੁਣੇ ਬਣ ਕੇ ਆ ਗਏ ਤੇ ਫਿਰ ਕੀ ਹੋਇਆ ਸੰਤਾਂ ਦਾ ਕਾਰਜ, ਕੀਰਤਨ ਹੋਆ ਰਹਿਣ ਸਬਾਈ ਤੇ ਜਿਹੜੇ ਸੰਤ ਪ੍ਰਾਹੁਣੇ ਆਏ ਸੀ ਉਹਨਾਂ ਨੇ ਕੀਤਾ ਕੀਰਤਨ। ਸਾਰੀ ਰਾਤ ਕਹਿੰਦੇ ਨੇ ਕੀਰਤਨ ਹੁੰਦਾ ਰਿਹਾ, ਗੁਰੂ ਦਾ ਜਸ ਚੱਲਦਾ ਰਿਹਾ। ਛੱਡ ਨਾ ਸਕੇ ਸੰਤ ਜਨ ਜੇ ਦੁਆਰ ਨਾ ਸੇਵ ਕਮਾਈ। ਹੁਣ ਸੰਤਾਂ ਨੂੰ ਛੱਡ ਕੇ ਉਹ ਜਾ ਨਹੀਂ ਸੀ ਸਕਦਾ, ਇਸ ਕਰਕੇ ਰਾਜੇ ਦੇ ਦਰਬਾਰ ਦੇ ਵਿੱਚ ਜਾ ਕੇ ਉਸਨੇ ਰਾਜੇ ਦੀ ਕੋਈ ਸੇਵਾ ਨਾ ਕੀਤੀ। ਸੈਣ ਰੂਪ ਹਰ ਜਾਏ ਕੇ ਆਇਆ ਰਾਣੇ ਨੂੰ ਰਜਾਈ। ਤੇ ਫਿਰ ਭਗਵਾਨ ਨੇ ਦੇਖਿਆ ਕਿ ਮੇਰਾ ਪ੍ਰੇਮੀ ਤੇ ਕੀਰਤਨ ਦੇ ਵਿੱਚ ਜੁੜਿਆ ਹੋਇਆ ਹੈ, ਇਹ ਤੇ ਸੰਤਾਂ ਸਾਧੂਆਂ ਦੇ ਸਨਮਾਨ ਦੇ ਵਿੱਚ ਜੁੜਿਆ ਹੋਇਆ ਹੈ। ਫਿਰ ਭਗਵਾਨ ਨੇ ਆਪਣੇ ਸਰੂਪ ਨੂੰ ਧਾਰਨ ਕੀਤਾ ਸੈਣ ਨਾਈ ਦੇ ਰੂਪ ਦੇ ਵਿੱਚ ਤੇ ਰਾਜੇ ਦੀ ਭਗਵਾਨ ਨੇ ਆਪ ਜਾ ਕੇ ਸੇਵਾ ਕੀਤੀ, ਉਹਨੂੰ ਪ੍ਰਸੰਨ ਕੀਤਾ, ਉਹਨੂੰ ਖੁਸ਼ ਕੀਤਾ। ਸਾਧ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸਰਮਾਈ। ਹੁਣ ਸੰਤ ਜਿਹੜੇ ਪ੍ਰਾਹੁਣੇ ਆਏ ਨੇ ਉਹ ਰਾਤ ਨੂੰ ਆਏ ਨੇ, ਰਾਤ ਸਾਰੀ ਕੀਰਤਨ ਹੁੰਦਾ ਰਿਹਾ, ਸਵੇਰੇ ਉਹ ਰਾਜੇ ਦੀ ਸੇਵਾ ਕਰ ਸਕਦਾ ਸੀ, ਪਰ ਜਿੰਨਾ ਚਿਰ ਸੰਤ ਜਨਾਂ ਨੂੰ ਵਿਦਾ ਨਾ ਕਰਦਾ ਉਹਨਾਂ ਚਿਰ ਕਿਵੇਂ ਜਾਂਦਾ। ਇਸ ਕਰਕੇ ਕਹਿੰਦੇ ਨੇ ਕਿ ਸਾਧ ਜਨਾਂ ਨੂੰ ਵਿਦਾ ਕਰ, ਸਾਧੂ ਜਨਾਂ ਨੂੰ ਵਿਦਾ ਕਰਕੇ ਤੇ ਫਿਰ ਲੇਟ ਕਹਿੰਦੇ ਨੇ ਗਿਆ ਹੈ। ਸਾਧ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸਰਮਾਈ। ਲੇਟ ਹੋ ਗਿਆ, ਬਹੁਤ ਲੇਟ ਹੋ ਗਿਆ ਤੇ ਫਿਰ ਸ਼ਰਮਾਉਂਦਾ ਹੋਇਆ ਗਿਆ ਕਿ ਰਾਜਾ ਮੈਨੂੰ ਕੀ ਆਖੇਗਾ, ਤੂੰ ਸਮੇਂ ਸਿਰ ਨਹੀਂ ਪਹੁੰਚਿਆ। ਕਹਿੰਦੇ ਨੇ ਫਿਰ ਕੀ ਹੋਇਆ, ਰਾਣੇ ਦੂਰੋਂ ਸੱਦ ਕੇ ਗਲੋਂ ਕਵਾਏ ਖੋਲ ਪੈਣ ਆਈ। ਪਰ ਜਦੋਂ ਦੂਰੋਂ ਆਉਂਦਾ ਦੇਖਿਆ ਸੈਣ ਨੂੰ, ਉਸ ਵੇਲੇ ਕਹਿੰਦੇ ਨੇ ਕਿ ਰਾਜੇ ਨੇ ਦੂਰੋਂ ਸੱਦ ਕੇ ਖੁਸ਼ ਹੋ ਕੇ ਆਪਣੀ ਜਿਹੜੀ ਕਵਾਏ ਸੀ, ਆਪਣੀ ਜਿਹੜੀ ਸ਼ਾਹੀ ਪੁਸ਼ਾਕ ਸੀ, ਉਹ ਲਵਾ ਕੇ ਉਸ ਦੇ ਗਲ ਦੇ ਵਿੱਚ ਪਹਿਨਾ ਦਿੱਤੀ। ਵਸ ਕੀਤਾ ਹੋ ਤੁਧ ਅੱਜ ਬੋਲੇ ਰਾਜਾ ਸੁਣੇ ਲੁਕਾਈ। ਅਜੇ ਸੈਣ ਨੇ ਤੇ ਇਹ ਅਰਜ ਕਰਨੀ ਸੀ ਕਿ ਰਾਜਾ ਸਾਹਿਬ ਮਾਫ਼ ਕਰਨਾ, ਮੈਂ ਅੱਜ ਦੇਰ ਨਾਲ ਆਇਆ। ਪਰ ਉਹਨੂੰ ਕੀ ਪਤਾ ਸੀ ਕਿ ਭਗਵਾਨ ਪਹਿਲਾਂ ਹੀ ਸਮੇਂ ਸਿਰ ਉਹਦੀ ਸੇਵਾ ਕਰ ਚੁੱਕੇ ਨੇ। ਅਜੇ ਇਹ ਗੱਲ ਕਹਿਣੀ ਸੀ ਸੈਣ ਨੇ ਕਿ ਮੈਨੂੰ ਮਾਫ਼ ਕਰ ਦਿਓ, ਮੈਂ ਲੇਟ ਹੋ ਗਿਆ। ਪਰ ਕਹਿੰਦੇ ਨੇ ਇੰਨੇ ਚਿਰ ਨੂੰ ਰਾਜੇ ਨੇ ਆਖਿਆ, ਵਸ ਕੀਤਾ ਹੋ ਤੁਧ ਅੱਜ ਬੋਲੇ ਰਾਜਾ ਸੁਣੇ ਲੁਕਾਈ। ਹੇ ਭਗਤਾ, ਅੱਜ ਤੂੰ ਮੈਨੂੰ ਆਪਣੇ ਵਸ ਦੇ ਵਿੱਚ ਕਰ ਲਿਆ, ਅੱਜ ਜਿਹੜੀ ਤੂੰ ਸੇਵਾ ਕੀਤੀ ਹੈ ਪਹਿਲਾਂ ਕਦੇ ਵੀ ਨਹੀਂ ਕੀਤੀ, ਕਿਉਂਕਿ ਸੇਵਾ ਭਗਵਾਨ ਕਰਕੇ ਗਿਆ ਸੀ ਤੇ ਭਗਵਾਨ ਦੀ ਸੇਵਾ ਦੇ ਵਿੱਚ ਤੇ ਮਨੁੱਖ ਦੀ ਸੇਵਾ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਕਹਿੰਦਾ ਕਿ ਮੈਂ ਤੇਰੇ ਤੇ ਅੱਜ ਖੁਸ਼ ਹੋ ਗਿਆ, ਤੂੰ ਮੈਨੂੰ ਆਪਣੇ ਵਸ ਦੇ ਵਿੱਚ ਕਰ ਲਿਆ, ਇਸ ਤਰ੍ਹਾਂ ਦੀਆਂ ਗੱਲਾਂ ਰਾਜਾ ਕਹਿ ਰਿਹਾ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਬੋਲੇ ਰਾਜਾ ਸੁਣੇ ਲੁਕਾਈ। ਰਾਜਾ ਬੋਲ ਰਿਹਾ ਔਰ ਸਾਰੀ ਦੁਨੀਆ ਸੁਣ ਰਹੀ। ਪ੍ਰਗਟ ਕਰੇ ਭਗਤ ਵਡਿਆਈ। ਅਖੀਰਲੇ ਸਤਰ ਦੇ ਵਿੱਚ ਕਹਿੰਦੇ ਨੇ ਭਾਈ ਗੁਰਦਾਸ ਜੀ ਕਿ ਇਸ ਤਰੀਕੇ ਦੇ ਨਾਲ ਪ੍ਰਗਟ ਕਰਦਾ ਹੈ ਆਪਣੇ ਭਗਤਾਂ ਦੀ ਵਡਿਆਈ ਨੂੰ ਅਕਾਲ ਪੁਰਖ ਸਤਿਗੁਰੂ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਇਹ ਸੀ ਕਿ ਇਸ ਵੇਲੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ ਕਿ ਤੂੰ ਉਸ ਸੈਣ ਦੀ ਸਾਖੀ ਨੂੰ ਯਾਦ ਕਰ ਜਿਨ੍ਹੇ ਸੰਤਾਂ ਦੀ ਸੇਵਾ ਕੀਤੀ ਤੇ ਉਸਦੇ ਪ੍ਰੇਮ ਨੂੰ ਪਰਖਿਆ ਭਗਵਾਨ ਨੇ ਤੇ ਆਪ ਸੈਣ ਦਾ ਰੂਪ ਧਾਰਨ ਕਰਕੇ ਉਹਨਾਂ ਰਾਜੇ ਨੂੰ ਰਜਾਇਆ ਤੇ ਇੰਨੀ ਬਖਸ਼ਿਸ਼ ਹੋਈ ਕਿ ਰਾਜੇ ਦੀ ਸ਼ਾਹੀ ਪੁਸ਼ਾਕ ਪਾਉਣ ਦਾ ਉਸ ਨਾਈ ਨੂੰ ਮਾਣ ਹਾਸਲ ਹੋਇਆ। ਤਿਸ ਕੇ ਸਮ ਸੰਤਨ ਕੀ ਸੇਵਾ ਕਰੋ ਸਦਾ ਰੀਜੇ ਗੁਰ ਦੇਵਾ। ਕਹਿੰਦੇ ਨੇ ਹੇ ਤਿੰਗਿਆ, ਇਸ ਤਰੀਕੇ ਦੇ ਨਾਲ ਸੰਤਾਂ ਦੀ ਸੇਵਾ ਕਰਿਆ ਕਰ, ਜੇਕਰ ਸੰਤਾਂ ਦੀ ਸੇਵਾ ਕਰੇਗਾ ਨਾ ਤੇ ਗੁਰੂ ਦੇਵ ਤੇਰੇ ਉੱਤੇ ਰੀਝ ਜਾਣਗੇ, ਪ੍ਰਸੰਨ ਹੋ ਜਾਣਗੇ। ਸੋਹਣੇ ਉਪਦੇਸ਼ ਕਮਾਵਨ ਕੀਨ ਤਾਰਿਓ ਪ੍ਰੇਮ ਸਿੱਖੀ ਪਦ ਲੀਨ। ਕਵੀ ਜੀ ਲਿਖਦੇ ਨੇ ਕਿ ਉਸਨੇ ਵੀ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਧਾਰਨ ਕੀਤਾ, ਉਪਦੇਸ਼ ਦੀ ਕਮਾਈ ਕੀਤੀ, ਧਰਿਓ ਪ੍ਰੇਮ ਸਿੱਖੀ ਪਦ ਲੀਨ। ਕਹਿੰਦੇ ਨੇ ਪ੍ਰੇਮ ਨੂੰ ਧਾਰਨ ਕੀਤਾ ਤੇ ਸਿੱਖੀ ਦੀ ਉੱਚੀ ਮੰਜ਼ਿਲ ਨੂੰ ਹਾਸਲ ਕੀਤਾ। ਸਭ ਕੋ ਟਾਂਬ ਕੋ ਭਇਓ ਉਧਾਰ
जिम काशट से लोहो पार। केंद्र ने के तिंगा नाई सिर्फ आप ही नहीं तरिया, केंद्र ने उदा सारा परिवार भी तर गया, उन्हों का भी उधार हो गया। कवि जी प्रमाण देंदे ने जिम काश्त से लोहो पार, केंद्र ने के जिम्मे लक्कड़ दे नाल लग के लोहा भी पार हो जाता है। इस तरीके दे नाल मानो के सारा परिवार भी तर गया। पारो जुल का नाम सोयायो, सुन जस को मिल बेलल चायो। अगली साखी का प्रारंभ करते ने के पारो जुल का नाम का एक सिंह सी, वह सतगुरु सच्चे पातशाह जी दे चरणा दे विच जस नू सुन के पहुंचे। नमस्कार कर बैठो पास, हाथ जोर कीनस अरदास। नमस्कार करके सतगुरां दे कोल पारो जुलका बह गया है हाथ जोड़ के, फिर उसने सतगुरां दे चरणा दे विच बेनती कीती। श्री गौर परमहंस होए कौन, लक्षण मोह सुनावो तौन। पारो जुलका कहिंदा है कि हे सच्चे पातशाह परमहंस किन्ना नू आख्या जांदा है, सच्चे पातशाह जेडे परमहंस मनुख हुंदे ने उन्हां दे किस तरह दे लक्षण हुंदे ने। सुने नाम अर रूप निहारे, नहीं विशेष ते हम निरतारे। कहिंदा है कि बड़िया दा ना सुनिया, बड़िया नू अखां दे नाल निहारिया भी है, पर कहिंदा है कि नहीं विशेष ते हम निरतार, पर किसे नू विशेष नहीं देखिया जा सकता, सारे इको जे लगदे ने। किवें पता लगे कि यह परमहंस है ते कोई आम आदमी है, सारे इको जे लगते ने, इको जे दिसते। तुम ते सुने जथारथ जान, को गुण ते तिन अदक बखान। कहिंदा कि जेकर तुहाडे मुखारबिन तो बचन होवेगा ते उस गल नू यथार्थ सच्चा समझिया जावेगा कि ऐसे केड़े गुण उन्हां दे विच विशेष हुंदे ने जिन्हां करके उन्हां नू परमहंस आख्या जांदा। श्री अंगद सुब मत जुत हेरा, हित उपदेश कयो तिस बेरा। कवि जी कहिंदे ने कि श्रेष्ठ मत दे सहत देखिया पारो जुलका नू, ते सतगुरु अंगद देव सच्चे पातशाह जी ने फिर अपना उपदेश इस तरह दिता। कहिंदे ने परमहंस के सुनिए लक्षण, सुन जे तरे सो मन ज बिचछण। कहिंदे ने हे पारो जुलका सुन परमहंस मनुखां दे लक्षण, कहिंदे ने कि जिहड़ा भी इन्हां लक्षणां नू धारण करदा है ना ओ मानो के बहुत ही ज्यादा सियाणा मनुख। हंस जे मान सरोवर रह, मुक्ता कर हार जे लह। कहिंदे ने परमहंस दी गल बाद दे विच करांगा। गुरु जी कहिंदे ने पहला हंस दे लक्षण सुन लै कि हंस जिहड़ा है ना ओ मान सरोवर दे कोल रहिंदा है, मुक्ता करें आहार जे लहें, ते कहिंदे ने मान सरोवर दे विचों ओ मोतियां दा चोगा चुगदा है, उही उसदा खाजा है, उही उसदा आहार। मेले एक रूप हेत पै पानी, तिन के आगे तरे ज्ञानी। कहिंदे ने के जेकर दुध दे विच पानी मिला के उस दे अगे हंस दे अगे रख दिता जावे ते फिर हंस की करेगा। पै ते जल को करे निराला, सार असार पिखै तत्काला। उसकी चुंज दे विच ही ऐसी करामात है कि जदों ही चुंज नूं दुध दे विच होंदा है उस वेले दुध फट जांदा है। मेरे विद्या गुरु संत अवतार सिंह जी दसदे ने कि उहदे चुंज दे विच ही ऐसा कैमिकल है, सतगुरु की परमात्मा की ऐसी बख्शिश है कि जदों भी हंस दुध नूं चुंज लाउंदा है उस वेले दुध फट जांदा है। ते तुसीं सारे जाणदे हो कि जदों दुध फट जावे पानी वखरा हो जाता है ते ढेलियां वखरियां हो जांदे ने, उह इस तरह हुंदा है। हुण सतगुरु सच्चे पातशाह जी कहिंदे ने कि जे पानी दे नाल मिलिया होया दुध कोई उहदे सामने रख देवे ते कहिंदे ने उह निराला कर दिंदा है, वखो वखरा कर दिंदा है, सार असार पिखै तत्काला। ते तुसीं उस नूं देख सकदे हो कि सार की है, दुध की है और पानी की है। ताजे अखिल जल पै को खाहे, उड़े बदेशन देशन जाहे। सतगुरु अंगद देव सच्चे पातशाह जी कहिंदे ने पानी नूं छड़ दिंदा है ते फिर कहिंदे ने ओ जिहड़ा असल रूप दुध है ना उस नूं खा लैंदा है। इसे तरह कहिंदे ने कि उड़ के देशां प्रदेशां दे विच हंस जांदे ने।
पर महंस तिन ते याद काए मुक्ता मुक्ति चह सदाए। हुण सतगुरु सच्चे पातशाह जी कहिंदे ने कि जिन्हां नूं परमहंस आख्या जांदा है ओह इन्हां तों वी वधेरे उच्चे चढ़ के हुंदे ने। कहिंदे ने मुक्ता मुक्ति चहत सदाए। हंस ते कहिंदे ने कि मोतियां नूं खांदा है, पर जिहड़े परमहंस मनुख ने ना ओह मानो कि कल्याण रूपी मोतियां दा चोगा चुगदे ने। मानस गुरु सबद के माही लेत आहार अपार रहाही। केंद ने के ना परमहंसा दे वास्ते केंद ने के जो मान सरोवर है ना ओ गुरु दा शब्द है। लेह आहार अपार रहाही कहन तो पावे के मान सरोवर ऐसे विचों मुक्ति रूपी मोती दा भोजन लेंदे हन ते उसे दे विच ही ए हमेशा रहिंदे। देह आत्मा मिले एक पाए बिन विचार किन नहीं लख लए। सतगुरु सच्चे पातशाह जी कहिंदे ने कि जिहड़ी देह है और जिहड़ी आत्मा है ना इह मिल गई है, बिन विचार किन नहीं लख लए। देह नूं ते आत्मा नूं वखरा कोई विचार तों बिना नहीं जाण सकदा। तिन को प्रथम होत विचारा दिन प्रति देह न रहे एक सारा। कहिंदे ने कि जिहड़े मनुख परमहंस बणदे ने उहनां दे मन दे विच सारिआं तों पहलां इह विचार पैदा हुंदा है कि जिहड़ी देह है ना इह प्रतिदिन इक सार नहीं रहिणी, इक्को जी नहीं रहिणी। परमहंस सो कहिए रूप सत चेतन आनंद अनूप। कहिंदे ने कि परमहंस जिहड़े मनुख ने उहनां दा इह कर्म हुंदा है कि देह नूं ते आत्मा नूं वखरा कर लैंदे ने। जिहड़ी कि देह है ओह वखरी है और उहनां दे वास्ते आत्मा इक वखरी है। सत चेतन आनंद अनूप, जिहड़ी आत्मा है ओह सत है, ओह चेतन है, ओह आनंद अनूप है। तन ते न्यारो जन ऐसे मंदर विखे बसे को जैसे। कहिंदे ने कि जिहड़े परमहंस मनुख ने ਉਹ ਆਪਣੇ ਸਰੀਰ ਤੋਂ ਆਤਮਾ ਨੂੰ ਇਸ ਤਰ੍ਹਾਂ ਵੱਖਰਾ ਕਰਕੇ ਸਮਝ ਲੈਂਦੇ ਨੇ ਕਿ ਜਿਵੇਂ ਕੋਈ ਆਦਮੀ ਇੱਕ ਕਮਰੇ ਦੇ ਵਿੱਚ ਬੈਠਾ ਹੋਵੇ, ਭਾਵੇਂ ਕਿ ਉਹ ਕਮਰੇ ਦੇ ਵਿੱਚ ਹੁੰਦਾ ਤਾਂ ਵੀ ਕਹਿੰਦੇ ਨੇ ਕਿ ਕਮਰੇ ਤੋਂ ਬਾਹਰ ਵੀ ਨਿਕਲ ਸਕਦਾ ਹੈ। ਇਸ ਤਰ੍ਹਾਂ ਉਹ ਮੰਦਰ ਤੋਂ ਕਮਰੇ ਤੋਂ ਨਿਆਰਾ ਹੁੰਦਾ। ਤਿਸ ਕੋ ਆਪਣੋ ਰੂਪ ਪਛਾਣੈ ਤਨ ਹੰਤਾ ਨਿਰਣੈ ਕਰ ਹਾਨੈ। ਕਹਿੰਦੇ ਨੇ ਕਿ ਇਸ ਤਰ੍ਹਾਂ ਉਹ ਆਪਣੇ ਆਤਮਾ ਦੇ ਰੂਪ ਨੂੰ ਪਛਾਣਦੇ ਨੇ ਤੇ ਤਨ ਦੀ ਜਿਹੜੀ ਹਉਮੈ ਹੈ ਨਾ ਉਸ ਨੂੰ ਨਿਰਣੇ ਦੇ ਨਾਲ ਉਹ ਖਤਮ ਕਰ ਦਿੰਦੇ ਨੇ, ਹਾਨੀ ਕਰ ਦਿੰਦੇ। ਸਮ ਮੰਦਰ ਕੇ ਜਾਨ ਨਿਆਰੋ ਜੀਰਨ ਹੋਏ ਤਿਆਗ ਪਧਾਰੋ। ਜਿਹੜੇ ਪਰਮਹੰਸ ਮਨੁੱਖ ਨੇ ਉਹਨਾਂ ਦੇ ਵਾਸਤੇ ਇਸ ਤਰ੍ਹਾਂ ਹੈ ਆਤਮਾ ਸਰੀਰ ਤੋਂ ਵੱਖਰੀ ਕਿ ਜਿਵੇਂ ਇੱਕ ਆਦਮੀ ਹੋਵੇ ਉਸ ਨੂੰ ਤੁਸੀਂ ਆਤਮਾ ਸਮਝ ਲਵੋ ਤੇ ਜਿਹੜੇ ਉਹ ਕਮਰੇ ਦੇ ਵਿੱਚ ਬੈਠਾ ਹੈ ਜਾਂ ਖੜਾ ਹੈ ਉਸ ਨੂੰ ਤੁਸੀਂ ਸਰੀਰ ਸਮਝ ਲਓ। ਇਸ ਤਰ੍ਹਾਂ ਵੱਖਰਾ ਕਰਕੇ ਉਹ ਆਤਮਾ ਨੂੰ ਤੇ ਸਰੀਰ ਨੂੰ ਜਾਣਦੇ ਨੇ। ਕਹਿੰਦੇ ਨੇ ਕਿ ਜੀਰਨ ਹੋਏ ਤਿਆਗ ਪਧਾਰੋ। ਜੇ ਮਕਾਨ ਮਾੜਾ ਹੋਵੇ ਤੇ ਆਦਮੀ ਉਸ ਤੋਂ ਬਾਹਰ ਨਿਕਲ ਕੇ ਉਸ ਨੂੰ ਛੱਡ ਦਿੰਦਾ ਹੈ। ਇਸੇ ਤਰੀਕੇ ਦੇ ਨਾਲ ਕਹਿੰਦੇ ਨੇ ਕਿ ਸਰੀਰ ਰੂਪੀ ਕਮਰਾ ਜਦੋਂ ਮਾੜਾ ਹੋ ਜਾਂਦਾ ਹੈ, ਕਮਜ਼ੋਰ ਹੋ ਜਾਂਦਾ ਹੈ, ਫਿਰ ਜਿਹੜੀ ਆਤਮਾ ਹੈ ਨਾ ਉਸ ਨੂੰ ਛੱਡ ਕੇ ਨਿਆਰੀ ਹੋ ਜਾਂਦੀ। ਤਨ ਆਤਮ ਸਮ ਸਰ ਪੈ ਪਾਣੀ ਕਰੇ ਜੋ ਨਰ ਹੋਏ ਹੰਸ ਸਮਾਨੀ। ਹੁਣ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਪ੍ਰਮਾਣ ਦਿੱਤਾ ਹੈ ਕਿ ਜਿਸ ਤਰ੍ਹਾਂ ਹੰਸ ਪਾਣੀ ਨੂੰ ਵੱਖਰਾ ਕਰ ਦਿੰਦਾ ਹੈ, ਦੁੱਧ ਨੂੰ ਵੱਖਰਾ ਕਰ ਦਿੰਦਾ ਹੈ, ਇਸੇ ਤਰੀਕੇ ਦੇ ਨਾਲ ਜਿਹੜੇ ਪਰਮਹੰਸ ਮਨੁੱਖ ਨੇ ਕਹਿੰਦੇ ਨੇ ਸਰੀਰ ਨੂੰ ਵੱਖਰਾ ਕਰ ਦਿੰਦੇ ਨੇ ਔਰ ਆਤਮਾ ਨੂੰ ਵੱਖਰਾ ਕਰ ਦਿੰਦੇ ਨੇ। ਇਸ ਤਰ੍ਹਾਂ ਉਹ ਨਿਰਣਾ ਕਰ ਲੈਂਦੇ ਨੇ। ਤਿੰਨ ਕੋ ਪਰਮਹੰਸ ਹੈ ਨਾਮੋ ਪਾਵੈ ਬ੍ਰਹਮ ਗਿਆਨ ਅਭਿਰਾਮੋ। ਉਹਨਾਂ ਨੂੰ ਪਰਮਹੰਸ ਆਖਿਆ ਜਾਂਦਾ ਹੈ ਜਿਹੜੇ ਕਿ ਸਰੀਰ ਦਾ ਵੱਖਰਾ ਭਾਵ ਸਮਝਦੇ ਨੇ ਔਰ ਆਤਮਾ ਨੂੰ ਸਰੀਰ ਤੋਂ ਵੱਖਰਾ ਸਮਝਦੇ ਨੇ। ਉਹਨਾਂ ਨੂੰ ਗੁਰੂ ਜੀ ਕਹਿੰਦੇ ਨੇ ਕਿ ਪਰਮਹੰਸ ਆਖਿਆ ਜਾਂਦਾ ਹੈ। ਐਸੇ ਜਿਹੜੇ ਪਰਮਹੰਸ ਨੇ ਪਾਵੈ ਬ੍ਰਹਮ ਗਿਆਨ ਅਭਿਰਾਮੋ, ਉਹਨਾਂ ਨੂੰ ਬ੍ਰਹਮ ਗਿਆਨ ਦੀ ਸੁੰਦਰ ਦੀ ਪ੍ਰਾਪਤੀ ਹੁੰਦੀ। ਤਨ ਤੇ ਨਿਆਰੋ ਜਬ ਮਤ ਤਰ ਰਸ ਵਿਸ਼ਿਆਣ ਹਿਤ ਪਾਪ ਨਾ ਕਰੈ। ਕਹਿੰਦੇ ਨੇ ਜਦੋਂ ਤਨ ਤੋਂ ਨਿਆਰਾ ਕਰ ਲੈਂਦੇ ਨੇ ਆਪਣੀ ਮਤ ਨੂੰ
ਤੇ ਫਿਰ ਕਹਿੰਦੇ ਨੇ ਕਿ ਵਿਸ਼ਿਆਂ ਦੇ ਰਸ ਦੇ ਵਾਸਤੇ ਉਹ ਫਿਰ ਕਦੇ ਪਾਪ ਨਹੀਂ ਕਰਦੇ। ਜਲ ਤੇ ਕਮਲ ਰਹੇ ਨਿਰਲੇਪੂ ਲਿਪੈ ਨ ਕਿਮ ਹੋਏ ਬ੍ਰਿੰਦ ਵਖੇਪੂ। ਜਿਸ ਤਰ੍ਹਾਂ ਕਹਿੰਦੇ ਨੇ ਕਿ ਪਾਣੀ ਦੇ ਵਿੱਚ ਰਹਿੰਦਾ ਹੋਇਆ ਕਮਲ ਫਿਰ ਵੀ ਪਾਣੀ ਤੋਂ ਨਿਰਲੇਪ ਰਹਿੰਦਾ ਹੈ, ਉਸ ਤੋਂ ਵੱਖਰਾ ਰਹਿੰਦਾ ਹੈ। ਇਸੇ ਤਰੀਕੇ ਦੇ ਨਾਲ ਕਹਿੰਦੇ ਨੇ ਕਿ ਦੁਨੀਆਂ ਦੇ ਵਿੱਚ ਰਹਿੰਦੇ ਹੋਏ ਵੀ ਜਿਹੜੇ ਪਰਮਹੰਸ ਮਨੁੱਖ ਨੇ ਨਾ, ਉਹ ਇਸ ਦੁਨੀਆਂ ਦੀ ਮਾਇਆ ਦੇ ਵਿੱਚ ਲਿਪਾਇਮਾਨ ਕਦੇ ਨਹੀਂ ਹੁੰਦੇ। ਸੂਰਜ ਕੀ ਦਿਸ਼ ਹੈ ਤਿੰਨ ਧਿਆਨ, ਛੂਹੈ ਨ ਜਲ ਰੰਚਕ ਭਰ ਆਨ। ਕਹਿੰਦੇ ਨੇ ਕਿ ਕਮਲ ਦਾ ਜਿਹੜਾ ਧਿਆਨ ਹੈ ਨਾ, ਉਹ ਸੂਰਜ ਵਾਲੇ ਪਾਸੇ ਨੂੰ ਹੁੰਦਾ ਹੈ, ਇਸ ਕਰਕੇ ਕਹਿੰਦੇ ਨੇ ਕਿ ਜਲ ਉਸਨੂੰ ਰੰਚ ਭਰ ਵੀ ਛੋ ਨਹੀਂ ਸਕਦਾ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਜੇਕਰ ਕਿਸੇ ਨੇ ਇਸ ਗੱਲ ਦੀ ਅਜਮਾਇਸ਼ ਕਰਨੀ ਹੋਵੇ ਕਿ ਕਮਲ ਦਾ ਫੁੱਲ ਪਾਣੀ ਦੇ ਨਾਲ ਲਿਪਾਇਮਾਨ ਨਹੀਂ ਹੁੰਦਾ, ਤੇ ਕਦੇ ਕਹਿੰਦੇ ਨੇ ਕਿ ਕਮਲ ਦੇ ਫੁੱਲ ਦੇ ਉੱਤੇ ਥੋੜੀਆਂ ਜਿਹਾ ਪਾਣੀ ਦੀਆਂ ਬੂੰਦਾਂ ਤੁਸੀਂ ਸੁੱਟਿਓ ਤੇ ਕੀ ਦੇਖੋਗੇ ਕਿ ਗੋਲੀ ਜੀ ਬਣ ਕੇ, ਤੁਬਕਾ ਜਿਹਾ ਬਣ ਕੇ ਉਹ ਜਿਹੜੀਆਂ ਬੂੰਦਾਂ ਨੇ ਨਾ, ਉਹ ਫਿਰ ਪਾਣੀ ਦੇ ਵਿੱਚ ਡਿੱਗ ਪੈਣਗੀਆਂ, ਕਮਲ ਦੇ ਫੁੱਲ ਦੇ ਨਾਲ ਇਸ ਤਰ੍ਹਾਂ ਉਹ ਛੋਣਗੀਆਂ ਨੇ। ਇਸੇ ਤਰੀਕੇ ਦੇ ਨਾਲ ਹੁਣ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਸੂਰਜ ਰੂਪ ਗੁਰੂ ਹੈ ਉਸ ਵਾਲੇ ਪਾਸੇ ਹੁੰਦਾ ਹੈ ਐਸੇ ਪਰਮ ਹੰਸਾਂ ਦਾ ਧਿਆਨ, ਤੇ ਉਹਨਾਂ ਨੂੰ ਕਹਿੰਦੇ ਨੇ ਕਿ ਮਾਇਆ ਰੂਪੀ ਜਲ ਹੈ ਨਾ, ਉਹ ਰੰਚ ਭਰ ਵੀ ਛੋਂਦਾ ਨਹੀਂ ਹੈ, ਉਸ ਤਰੀਕੇ ਦੇ ਨਾਲ ਜਿਵੇਂ ਕਮਲ ਦੇ ਫੁੱਲ ਨੂੰ ਪਾਣੀ ਨਹੀਂ ਛੋਂਦਾ। ਪਰਮ ਹੰਸ ਤਿਮ ਜਗ ਮੇਰਾ ਆਤਮ ਧਿਆਨ ਸਦਾ ਔਰ ਲਹ। ਕਹਿੰਦੇ ਨੇ ਕਿ ਪਰਮ ਹੰਸ ਇਸੇ ਤਰੀਕੇ ਦੇ ਨਾਲ ਦੁਨੀਆਂ ਦੇ ਵਿੱਚ ਜੱਗ ਦੇ ਵਿੱਚ ਰਹਿੰਦੇ ਨੇ, ਆਤਮ ਧਿਆਨ ਸਦਾ ਔਰ ਲਹ, ਪਰ ਆਤਮਾ ਦਾ ਜਿਹੜਾ ਧਿਆਨ ਹੈ ਨਾ ਉਸ ਨੂੰ ਹਮੇਸ਼ਾ ਹਿਰਦੇ ਦੇ ਵਿੱਚ ਉਹ ਧਾਰਨ ਕਰਕੇ ਰੱਖਦੇ। ਤਨ ਕੇ ਸੁਖ ਦੁਖ ਜਬ ਪਰ ਜਾਏ ਤਿਨ ਤੇ ਹਰਖ ਨ ਸੋਗ ਕਦਾਏ। ਜੇ ਕਿਧਰੇ ਸਬੱਬ ਦੇ ਨਾਲ ਉਹਨਾਂ ਦੇ ਸਰੀਰ ਨੂੰ ਦੁੱਖ ਮਿਲ ਜਾਂਦਾ ਹੈ ਜਾਂ ਫਿਰ ਕਦੇ ਸੁੱਖ ਮਿਲ ਜਾਂਦਾ ਹੈ, ਤੇ ਕਹਿੰਦੇ ਨੇ ਸੁੱਖ ਨੂੰ ਦੇਖ ਕੇ ਉਹ ਬਹੁਤਾ ਖੁਸ਼ ਨਹੀਂ ਹੁੰਦੇ ਤੇ ਦੁੱਖ ਨੂੰ ਮੰਨ ਕੇ ਉਹ ਕਦੇ ਦੁਖੀ ਵੀ ਨਹੀਂ ਹੁੰਦੇ। ਵਰਤੈ ਗਿਆਨੀ ਸਮੇ ਅਗਿਆਨੀ ਜਾਣੈ ਜਗ ਕੋ ਸੁਪਨ ਸਮਾਨੇ। ਕਹਿੰਦੇ ਨੇ ਪਰ ਅਗਿਆਨੀ ਇਸ ਗੱਲ ਨੂੰ ਨਹੀਂ ਸਮਝਦੇ, ਪਰ ਜਿਹੜੇ ਗਿਆਨੀ ਨੇ ਉਹ ਕਹਿੰਦੇ ਨੇ ਕਿ ਇਸ ਦੁਨੀਆਂ ਨੂੰ ਇੱਕ ਸੁਪਨੇ ਦੇ ਵਰਗਾ ਜਾਣਦੇ ਨੇ। ਬੰਧਨ ਹੋਤ ਨਹੀਂ ਪੁਨ ਤਾਹੂ ਰਹੇ ਸਮਾਏ ਬ੍ਰਹਮ ਕੇ ਮਾਹੂ। ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੈਸੇ ਜਿਹੜੇ ਪਰਮਹੰਸ ਮਨੁੱਖ ਹੁੰਦੇ ਨੇ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਬੰਧਨ ਨਹੀਂ ਹੁੰਦਾ, ਹਮੇਸ਼ਾ ਬ੍ਰਹਮ ਦੇ ਆਨੰਦ ਦੇ ਵਿੱਚ ਹੀ ਉਹ ਸਮਾਏ ਰਹਿੰਦੇ। ਸੁਣੀ ਸਿੱਖ ਪਾਰੋ ਹਰ ਖਾਇਓ ਲੱਗਾ ਵਿਚਾਰਨ ਮਨ ਸੁਖ ਪਾਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਪਾਰੋ ਨੇ ਸਤਿਗੁਰਾਂ ਦੀ ਸਿੱਖਿਆ ਨੂੰ ਸੁਣਿਆ, ਸੁਣ ਕੇ ਖੁਸ਼ ਹੋਇਆ ਤੇ ਫਿਰ ਉਸ ਦੀ ਮਨ ਦੇ ਨਾਲ ਵਿਚਾਰ ਕਰਨ ਲੱਗਾ। ਕਿਤਕ ਕਾਲ ਗੋਰੇ ਅੰਗਦ ਸੇਵ ਪੁਨ ਪੇ ਅਮਰਦਾਸ ਗੁਰ ਦੇਵ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਫੀ ਸਮਾਂ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਸੇਵਾ ਦੇ ਵਿੱਚ ਪਾਰੋ ਜੁਲਕਾ ਰਿਹਾ। ਇਸ ਤੋਂ ਬਾਅਦ ਕਹਿੰਦੇ ਨੇ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਵੀ ਉਹ ਬਹੁਤਾ ਚਿਰ ਰਿਹਾ। ਤਿੰਨ ਟਿਗ ਬਣੇ ਉਸ ਬ੍ਰਹਮ ਗਿਆਨੀ ਆਗੇ ਕਰਹੁ ਕਥਾ ਬਖਾਨੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਾਰੋ ਜੁਲਕਾ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਵੀ ਰਿਹਾ। ਇਸ ਤੋਂ ਬਾਅਦ ਤੀਸਰੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਚਰਨ ਸਰਨ ਦੇ ਵਿੱਚ ਵੀ ਰਿਹਾ। ਜਦੋਂ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆਪਣੀ ਗੁਰਿਆਈ ਦੇ ਉੱਤੇ ਸ਼ਸ਼ੋਭਤ ਸਨ, ਕਵੀ ਜੀ ਕਹਿੰਦੇ ਕਿ ਉਸ ਵੇਲੇ ਇਹ ਪਾਰੋ ਜੁਲਕਾ ਬ੍ਰਹਮ ਗਿਆਨੀ ਬਣ ਗਿਆ। ਆਗੇ ਕਰਹੋ ਕਥਾ ਬਣਾਈ, ਕਹਿੰਦੇ ਕਿ ਅੱਗੇ ਆਉਣ ਵਾਲੇ ਇਤਿਹਾਸ ਦੇ ਵਿੱਚ ਮੈਂ ਪਾਰੋ ਜੁਲਕਾ ਦੀ ਕਥਾ ਨੂੰ ਬਿਆਨ ਕਰਾਂਗਾ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਹਨ। ਮੱਲੂ ਸ਼ਾਹੀ ਆਏ ਕਰ ਸ੍ਰੀ ਅੰਗਦ ਕੇ ਪਾਸ ਕਰ ਬੰਧਨ ਬੈਠਿਓ ਨਿਕਟ ਬੇਨਤੀ ਕੀਨ ਪਰ ਕਾਸ਼।
ग्रंथाकार भाई संतोख सिंह जी लिखते ने कि मल्लू शाही नां दा एक मनुख सतगुरु अंगद देव सचे पातशाह जी दे कोल पहुंचया है। आण के सतगुरां नूं नमस्कार कीती है ते फिर बेनती इस तरह कीती, कहिंदा श्री गुरु मैं कारण कल्याण आयो सुन तुम सुजा समहान। मल्लू शाही कहिंदा है कि हे सतगुरु जी मैं कल्याण दे वास्ते तुहाडे जस नूं सुन के तुहाडे चरणां दे विच पहुंचया। की जय अब अपनो उपदेश जिस ते बिन से सकल कलेश। कहिंदा है कि कृपा करके मैनू अपना पवित्र उपदेश दियो जिसनु कमाउण दे नाल मेरे सारे जिहड़े संसार दे कलेश ने ना ओ मिट जान। करत चाकरी मुगलन केरी करो जीव का तहां कनेरी। उस मल्लू शाही ने आख्या कि सच्चे पातशाह मैं मुगलां दी तुरकां दी नौकरी करदा हां और उसे दे नाल मेरी जिहड़ी जीविका है ना ओ चल रही। हलत पलत मुख उजल रहे अस करनी को मम चित चहे। मल्लू शाही कहिंदा है कि जिस दे नाल हलत दे विच ते पलत दे विच मेरा मुख उजला होवे मैं ऐसी करनी नूं करना चाहना। हलत कहिंदे ने इस लोक नूं ते पलत कहिंदे ने दूसरे लोक नूं। कहिंदा है कि इस लोक दे विच वी मेरा मुख उजला रवे परलोक दे विच वी मैनूं सोभा मिले उजला मुख लै के जावां मैं ऐसे तरह दी करनी करनी चाहुंदा। सुन कर शरदा पिख कर पारे श्री अंगद गुर वाक उचारे। जदों सतगुरु अंगद देव सच्चे पातशाह जी ने देखिया कि इस मल्लू शाही दे मन दे विच बहुती ज्यादा श्रद्धा है फिर सतगुरु सच्चे पातशाह जी ने इस तरह वचन कीता। कहिंदे ने भाई मल्लू हृदय विचारो देह अनित सदा निरतारो। सतगुरु सच्चे पातशाह जी कहिंदे ने हे भाई मल्लू हिरदे दे विच इस तरह दी विचार कर जिहड़ी देह है ओ अनित है ओ नाशवान। सो तो मृतक जान ही लीजे इस हित चित नहीं संसार की जय। कहिंदे ने कि जिहड़ी देह है इह ते नाशवान है एक दिन खत्म हो ही जाएगी इस करके कहिंदे ने कि देह नूं तूं मरिया ही समझ लै इस देह दे वास्ते कोई भी संसा ना कर। आत्म सदा साच ही जानो किसके मारियो मरे ना मानो। सतगुरु सच्चे पातशाह जी कहिंदे ने इस शरीर दे अंदर कहिंदे ने एक आत्मा रहिंदी है और आत्मा कहिंदे ने कि सच्ची है। कहिंदे ने किसे दे मारिया आत्मा कदे नहीं मर सकदी शरीर मारिया मर सकदा। पावक दाह करत नहीं तिसे जल न डुबाए सके निज बिसे। कहिंदे ने आत्मा नूं जिहड़ी अग्नि है ओह साड़ नहीं सकदी इस तों इलावा पाणी भी आत्मा नूं अपने विच कदे डुबो नहीं सकदा। शस्त्रण ते नहीं छेद्यो जाए जिस को पाउण ना सके डुलाए। कहिंदे ने तूं मुगलां दी नौकरी करदा आखिरकार तेनूं जंग दे विच जाणा पैंदा होवेगा। कहिंदे ने कि आत्मा नूं कोई भी शस्त्र कट नहीं सकदा इसे तरीके दे नाल कहिंदे ने कि तेज पौण भी इस नूं रता मात्र डुला नहीं सकदी। काल विनाशक सबन बिसाला आत्म है काल को काला। कहिंदे ने सतगुरु सच्चे पातशाह जी के काल नूं सारिया दा नाशकारी मन्या जांदा है के काल सारिया नूं मार दिंदा है पर सच्चे पातशाह जी कहिंदे ने आत्मा नूं काल भी नहीं मार सकदा आत्मा दा हान किसे भी तरीके दे नाल हो नहीं सकदा। जग को लख के सुपन समानै वरण आश्रमण क्रिया सुठानै। इस करके कहिंदे ने के जग नूं सुपने वर्गा जान के कहिंदे ने के वरण दे मूजम तेनूं कार करनी चाहीदी। जो कम किसे दा करना धर्म है उस विच ब्रह्म ज्ञान दा अभ्यास कहण तो भाव है के जारी रखो क्योंकि उस समय दे विच वर्णा दे वंड दे मूजब ही कम करिया करदे सन। जेकर कोई किसान दा कम करदा सी ते उहदियां पुश्तां तों लै के पुश्तां किसानी ही करदियां सन। जेकर कोई नाई दा कम करदा सी ते पुश्तां तों लै के अगलियां पुश्तां सिर्फ नाई दा ही कम करदियां सन।
पुराने समय दे विच इस तरह की वंड सी, जेड़े छत्री सी उन्हां दा सिर्फ यही धर्म सी कि उन्होंने जंग युद्ध करने ने, लड़ाई करनी है, उन्होंने होर कोई काम नहीं करना। इसे तरह जेड़े पंडित सन उन्हां दा विद्या नूं पढ़ना ते पढ़ाउणा हक मन्निया जांदा सी, होर कोई विद्या नूं पढ़ नहीं सी सकदा ना पढ़ा सकदा सी। इसे तरह वर्णा दे मुताबक कम्मां नूं वंडिया होया सी, पर अजकल ऐसा कुछ नहीं है। कोई किसी भी जात दा होवे, किसी भी वर्ण दे नाल संबंधित होवे, वो जेड़ा मर्जी कम कर सकदा है। पर उस वेले दी कथा है जदों कि इसे तरीके दे नाल कम्मां दी वंड हुंदी सी, आपो अपने किते नूं लै के अगे चलदे सन। कहिंदे ने ब्रह्म ज्ञान को नित अभ्यास है, तन हंता लख झूठ विनाश है। कहिंदे ने कि ब्रह्म ज्ञान दा हमेशा अभ्यास करे, तन दी जिहड़ी हंता है इस नूं झूठा समझ के नाश कर दे। इमही कृष्ण कीने उपदेश, अर्जन तार्यो हृदय बशेष। हुण सतगुरु अंगद देव सच्चे पातशाह जी मल्लू शाही नूं कहिंदे ने कि इसे तरीके दे नाल भगवान कृष्ण ने भी उपदेश दिता सी अपने परम प्रिय अर्जन नूं। कहिंदे ने उसने भी फिर इस उपदेश नूं धारण कीता सी। वर्ण धर्म रण करो महाने, आत्म साच कोड तन जाने। कहिंदे ने कि भगवान कृष्ण ने यह उपदेश दिता सी अर्जन नूं कि तेरा धर्म है रण करना, जंग करना। तू ये ना देख के सामने मेरे भरा खलोते ने, तू ये ना सोच के सामने मेरा विद्यादाता खलोता है, तेरा काम है लड़ना, तू मार सारिआं नूं मार। इस तरह दा विचार ना कर कि जिन्हां नूं मार रहा है वह मेरे अपने ने। इस तरह दे कहिंदे ने कि उपदेश दिता सी भगवान कृष्ण ने अपने प्रिय अर्जन नूं। आत्म साज कोड तन जाने, आत्मा नूं कहिंदे ने उन्हां ने आख्या सी कि सच्चा समय ते जिहड़ा तन है ना यह कूड़ा है, क्योंकि जे मारेगा ते आत्मा नहीं मरनी तेरे विद्या गुरु दी, आत्मा नहीं मरनी तेरे संबंधियां दी, सिर्फ शरीर मरने ने। दीज दान सुकर्म करी जै, तन बिन संस नहीं संसा की जै। इसे करके गुरु जी कहिंदे ने हे मल्लू शाही कहिंदे ने दान कर, श्रेष्ठ कर्म कर, तन दी जिहड़ी हंता है ना इस नूं खत्म कर दे। देश काल वस्तु मिल तीन, तब होए काया प्राण बहीन। इस तों इलावा सतगुरां ने आख्या कि देश काल ते वस्तु जे तिन्ने चीजां इकट्ठियां होण तां कहिंदे ने कि इस शरीर दा नाश हुंदा है। पूरन बह को समा जो आवे, जिस थल देह गिरे सो पावे। कहिंदे ने कि पहली गल ए है ओहदा जिहड़ा शरीर नाश होना है ना ओहदा समा पूरा होना चाहीदा है। फिर कहिंदे ने कि दूसरी ओ जगह होनी चाहीदी है जिथे जाके उसने मरना है। तृतीय जिसते होवन घात, ब्याद के आयुध मिल जात। कहिंदे ने कि तीसरी गल ए है कि जिहड़ी चीज दे नाल ओहदा नाश होना है ओह भी मौजूद होनी चाहीदी है। ये तीन चीजा जेकर इकट्ठियां ना होण ते मनुख दी कदे मौत नहीं हुंदी। इन तीनों बिन इकट्ठे होए, प्राण हान किम नहीं किस जोए। सतगुरु अंगद देव सच्चे पातशाह जी कहिंदे ने देश काल ते वस्तु जेकर तिन्ने चीजा एक जगह ते उत्ते इकट्ठियां नहीं हुंदियां ते कदे भी किसे दी मौत नहीं हुंदी, ना अज तक पहला कदे होया ते ना ही अगे ऐसा होवेगा। कहिंदे ने बिना त्रै मिले काल रखवारो, मरत नहीं नीके निरतारो। कहिंदे ने कि जे तिन्ने चीजा नहीं मिलदियां ते काल उसकी रक्षा करदा है। मरत नहीं नीके निरतारो ये चंगे तरीके दे नाल समझ लै, विचार के देख लै कि वह कदे मर नहीं सकदा। जे कर जो दयान कित पर, अल्प के बहुतो नहीं बचरे। हुण सतगुरु सच्चे पातशाह जी उस दे किते दे मूजब उस नूं सिख्या दे रहे ने कि तू नौकरी करदा है इस करके तेनू युद्ध लड़ना पै सकदा है। कहिंदे ने कि जेकर तेनू किते युद्ध दे विच जाना पवे, भावे युद्ध छोटा होवे ते भावे होवे कोई वड्डा। पीठ ना देह समुख रिप रह, निरपै शस्त्र बहे जस लह। कहिंदे ने कि कदे भी रण भूमि दे विचों पिट नू नहीं देना, सामने रह के वैरियां दे नाल लड़ना है, निरपै होके शस्त्रां नू चलाउणा है। इस तरह शस्त्र चलाउण दे नाल गुरु जी कहिंदे ने जस मिलदा है। जग में प्राप्त ब्रिंद पदार्थ, ले सत संगत लाए सकारथ।
जग दे विच केंद्रे के इस तरह करन दे नाल बहुते पदार्थ मिलते ने, बहुता जस मिलता है। जेकर बहुते पदार्थ कोल होण ते केंद्रे के सत संगत दे लेके ओ ला देने चाहिए। जे रण में सनमुख मृत पावे स्वर्ग निरसंस है सूर सिधावे, ते केंद्र ने जेड़े सूर में रण भूमि दे विच वैरी दे सामने होके लड़दे ने, जे उन्हां दी मौत भी हो जांदी है, जे ओ शहादत नूं प्राप्त कर लैंदे ने, ते गुरु जी केंद्र ने इस गल दे विच शंका नहीं है कि ऐसे जेड़े सूरमे ने ना ओ स्वर्गां दे विच जांदे ने। इम द्वै लोकण उज्जल आनन कर कल्याण एव निज प्राणन। हुण गुरु जी सिख्या दे रहे ने कि इस तरीके दे नाल करन दे नाल दोवां लोकां दे विच तेरा जिहड़ा मुंह है ना ओह उज्जल होवेगा, क्योंकि उसने सवाल ये कीता सी सच्चे पातशाह हालत पलत मुख उज्जल रहे, इस लोक दे विच ते परलोक दे विच मेरा मुख उज्जला रहे। हुण सतगुरु सच्चे पातशाह जी कहिंदे ने इम द्वै लोकण उज्जल आनन, इस तरह करन दे नाल दोवां लोकां दे विच तेरा मुंह उज्जल होवेगा। कर कल्याण एव निज प्राणन, कहिंदे ने कि इस तरह अपने प्राणा नूं लेखे ला और उन्हां दी कल्याण कर। मल्लू शाही सोने उपदेश बरतन लाग्यो तथा हमेश। ग्रंथाकार भाई संतोख सिंह जी कहिंदे ने कि इस तों बाद मल्लू शाही ने सतगुरु सच्चे पातशाह जी दे उपदेश नूं धारण कीता ते जिस तरह सतगुरां ने बचन कीते सी उन्हां बचनां दे अनुसार ही वर्तन लगा। वांड खाए निज धर्म विचारै आत्म तन सता सत तारै। वंड के खांदा है अपने धर्म दी विचार करदा है आत्मा ते तन नूं सता सत तारै। कहण तों पावे है कि आत्मा नूं सत ते तन नूं असत इस गल दा निश्चा करदा है। एक सिख आयो नाम केदारी सतगुर आगे बिन उचारी। अगली साखी दा प्रारंभ करदे ने कि एक केदारी नां दा आदमी सी, ओह सतगुरु सच्चे पातशाह जी दे कोल पहुंचे और उसने आण के अर्ज कीती। कहिंदा काम क्रोध मैं जल तो जगत मोहे उबारो कर निज भगत। उस केदारी ने आण के आख्या सच्चे पातशाह काम ते क्रोध दे विच सारा जिहड़ा जगत है ना ओ सड़दा जा रहा है, कृपा करके मैनू काम ते क्रोध तो अपना भगत जान के उभार लो बचा लो। तास पाए मैं शरण तिहारी आन परयो दे होया सर पारी। कहिंदा है कि डर नूं तारण करके सच्चे पातशाह मैं तुहाडी शरण दे विच डिग्गिया होया। आन परयो दिओ आसरा पारी मैं तुहाडे चरणां दी शरण दे विच पहुंचिया, कृपा करके मैनूं आसरा दिओ। सुन के श्री अंगद तिस कहियो सकल बिकारन ते जग दहियो। उस वेले सतगुरु अंगद देव सच्चे पातशाह जी कहिंदे ने हे केदारी तू सत बयान कर रहे हैं, वाकया इसे तरह की गल है कि सारी जिहड़ी दुनिया है ना उसनू काम ते क्रोध ने ग्रसया होया और ये सड़दे जा रहे। जिम दो लगे ओ महा सब बन को फांद जात मृग कर बल तन को। सच्चे पातशाह जी कहिंदे ने कि जिस तरह जंगल नू अग लगदी है, जंगल विच जिहड़ी अग लगदी है उसनू आख्या जांदा है दावा। दावा अग्नि जिहड़ी जंगल नू गुरु जी कहिंदे ने जदों लगदी है जिहड़े उस जंगल दे विच हिरण हुंदे ने कहिंदे ने फिर उत्थों दौड़दे ने उस जंगल दी अग तों बचण दे वास्ते। महा तपत ते सलता माही जाए प्रवेश सुख बो पाही। जंगल दी अग दे विचों दौड़ के कहिंदे ने कि सलता दे विच जा वड़दे ने, सलता आख्या जांदा है नदी नू, नदी दे विच जा के वड़ जांदे ने ते फिर कहिंदे ने उत्थे उस तपश तों उन्हां हिरणां नू सुख दी प्राप्ति हुंदी है। तिम जग जलत देख कर त्यागे मिल सत संगत सेवा लागे। कहिंदे ने कि मनुख नूं चाहीदा है कि इसे तरीके दे नाल इस सड़ रहे जग दे विचों निकल के इहनूं छड के सत संगत रूपी पाणी दे विच वड़ना चाहीदा। सकल बिकारन तपत विनाशे शीतलता गुर शब्द प्रकाशे। कहिंदे ने कि सारे जिहड़े विकार ने इह तपश दा कारण ने
इन्हां नूं जेकर खत्म करना होवे ते शीतलता मिलदी है, ठंडक मिलदी है गुरु दे शब्द दे विचों, उहदे प्रकाश दे विचों। गुरबाणी को करत विचारन ज्ञान सीत लह मोह निवारण। इसे तरीके दे नाल कहिंदे ने कि गुरबाणी नूं पढ़न दे नाल, उस दी विचार करन दे नाल ज्ञान रूपी जिहड़ी शीतलता ना जिहड़ी ठंडक है उह मिलदी है। सुन कर गोरे उपदेश केदारी, दृढ़ कीन से और बहु निरतारी। कवि जी कहिंदे ने कि गुरु दे उपदेश नूं उस केदारी ने उसे तरीके दे नाल धारण किया, दृढ़ कीन सुर बहु निरतारी, दृढ़ता दे नाल उस नूं मन्निया ते उस केदारी दा भी इस तरीके दे नाल उधार होया। सो साध संगत जी, समय दी समाप्ति है, दूसरे पासे इस साखी दी भी समाप्ति है। कल नूं ग्रंथाकार जी जिस तरीके दे नाल अगली कथा नूं बयान करनगे, मैं उसे तरह साध संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उसे तरह वरतेगी। अज इन्नियां ही अर्जा करदा होया मैं इत्थे ही कथा नूं विश्राम दे के सारी साध संगत तों खिमा दा जाचगा। हे अच्युत हे पार ब्रह्म अविनाशी अगनास, हे पूरन हे सर्व मैं दुख पंजन गुण तास, हे संगी हे निरंकार हे निर्गुण सब टेक, हे गोविंद हे गुण निदान जाके सदा विवेक, हे अपरंपर हर हरे है पी हो वनहार, हे संता के सदा संग ने धाराया धार, हे ठाकुर हो दास रो मैं निर्गुण गुण नहीं कोय, नानक दी जय नाम दान राखो ही है परोय, याही कुल ते प्रगट होय ताही कुल को नाम, पुन द्वादश गुरिंद को मेरी है प्रणाम।